बिस्मिल्लाहिर्रहमानिर्रहीम अस्सलामु अलैकुम दोस्तों, तुसी वेख रहे हो एतमाद टीवी ते मैं तुहाडा दोस्त मंजूर अहमद। दोस्तों पहले दी तरह जैसा कि दोस्तों नूं पता है भाई मुहम्मद नवाज दे कोल आईदा है, पिंड इन्हां दा 613 तहसील तांदलियांवाला ज़िला फैसलाबाद गढ़ फतेहशाह दे बिल्कुल करीब, दरिया रावी दे भी करीब है। खैर फैसलाबाद दे ज़िले दे विच हैन ਅਤੇ ਇਹਨਾਂ ਦੇ ਕੋਲ ਹਰ ਬੁੱਧ ਅਤੇ ਹਰ ਐਤਵਾਰ ਦੀ ਵੀਡੀਓ ਬਣਾਈ ਦੀ, ਜਿਹਦੇ ਵਿੱਚ ਪਹਿਲੇ ਤਾਂ ਰੂਟੀਨ ਨਾਲ ਅਸੀਂ ਗਾਵਾਂ ਦਿਖਾ ਰਹੇ ਸਨ, ਲੇਕਿਨ ਕੁਛ ਦੋਸਤਾਂ ਨੇ ਫਰਮਾਇਸ਼ ਕੀਤੀ ਆ ਬਾਈ ਨਵਾਜ਼ ਨੂੰ ਕਿ ਗਾਵਾਂ ਦੇ ਨਾਲ ਨਾਲ ਸਾਨੂੰ ਮੱਝਾਂ ਦੀ ਵੀਡੀਓ ਵੀ ਦਿਖਾਓ। ਅਤੇ ਇਹਨਾਂ ਨੇ ਮੈਨੂੰ ਕਿਹਾ ਕਿ ਇਨਸ਼ਾ ਅੱਲਾਹ ਨੈਕਸਟ ਟਾਈਮ ਮੱਝਾਂ ਦੇ ਵੀ ਨਾਲ ਵੀਡੀਓ ਦਿਖਾਵਾਂਗੇ, ਜਿਤਨੀਆਂ ਵੀ ਹੋ ਸਕੀਆਂ 5-7 ਨਾਰਮਲ ਰੂਟੀਨ ਨਾਲ ਜਿੰਨੀਆਂ ਇਹਨਾਂ ਦੇ ਕੋਲ ਅਵੇਲ ਹੋਈਆਂ ਇਨਸ਼ਾ ਅੱਲਾਹ ਦਿਖਾਉਣਗੇ। ਦੂਸਰੇ ਨੰਬਰ 'ਤੇ ਅੱਜ ਗਾਵਾਂ ਸਾਡੇ ਦੇ ਕੋਲ ਦੋ ਹਨ, ਮੇਰੀ ਇੱਕ ਕੁਛ ਜ਼ਾਤੀ ਮਸਰੂਫੀਅਤ ਹੈ ਸੀ, ਸ਼ਾਇਦ ਉਹ ਤੁਹਾਨੂੰ ਵੀ ਇਨਸ਼ਾਅੱਲਾ ਪਤਾ ਚੱਲ ਜਾਏਗਾ, ਵੀਡੀਓ ਅਪਲੋਡ ਹੋਏ ਨਹੀਂ ਹੈ ਉਹਦੇ ਬਾਰੇ, ਅਤੇ ਇਸ ਮੇਰੀ ਜ਼ਾਤੀ ਮਸਰੂਫੀਅਤ ਦੀ ਵਜ੍ਹਾ ਤੋਂ ਵੀਡੀਓ ਨਹੀਂ ਬਣ ਸਕੀਆਂ। ਬਾਕੀ ਬਾਈ ਨਵਾਜ਼ ਅਤੇ ਆਪਣੇ ਰੂਟੀਨ ਦੇ ਨਾਲ ਇਹਨਾਂ ਦੇ ਕੋਲ ਗਾਹਕ ਇਹਨਾਂ ਦੇ ਰਾਬਤੇ 'ਚ ਆਇਆ ਸੀ, ਆਉਂਦੇ ਰਹਿਣ ਅਤੇ ਇਹਨਾਂ ਦੇ ਨਾਲ ਰਾਬਤਾ ਕਰਕੇ ਗਾਹਕ ਖਰੀਦਦੇ ਰਹਿਣ, ਇਹ ਮਾਲ ਸੇਲ ਕਰਦੇ ਰਹਿਣ। ਬਾਕੀ ਇਨਸ਼ਾਅੱਲਾ ਨੈਕਸਟ ਟਾਈਮ ਕੋਈ ਵੀਡੀਓ ਸ਼ਾਰਟ ਨਹੀਂ ਹੋਏਗੀ, ਬਾ ਫਜ਼ਲੇ ਖੁਦਾ ਵੈਸੇ ਅੱਲਾਹ ਪਾਕ ਖੈਰ ਸਲਾਮਤ ਰੱਖੇ ਅਤੇ ਵੀਡੀਓ ਕੋਈ ਸ਼ਾਰਟ ਨਹੀਂ ਹੋਏਗੀ। ਅੱਜ ਬੁੱਧ ਦਾ ਦਿਨ ਹੈ, 18 ਮਾਰਚ, ਅੱਜ ਇਹਨਾਂ ਦੇ ਕੋਲ ਆਇਆ ਵੀਡੀਓ ਬਣਾਉਣ। ਬਾਈ ਨਵਾਜ਼ ਕੁਛ ਤੁਹਾਨੂੰ ਲਫਜ਼ ਕਹਿਣਾ ਚਾਹੁੰਦੇ ਨੇ, ਕੁਛ ਇੱਕ ਛੋਟਾ ਜਿਹਾ ਪੈਗਾਮ ਮੇਰਾ ਵੀ ਹੈ। ਬਾਈ ਨਵਾਜ਼ ਨੇ ਪਹਿਲੇ ਦੱਸਿਆ ਸੀ ਕਿ ਅੱਜ ਕੱਲ੍ਹ ਇੱਕ ਅੱਲਾ ਮਾਫ ਕਰੇ ਇੱਕ ਬਿਮਾਰੀ ਦਾ ਨਾਮ, ਜਿਹਦਾ ਤੁਸੀਂ ਵੀ ਦੋਸਤ ਕਾਫੀ ਪਰੇਸ਼ਾਨ ਹੈ, ਵਾਇਰਸ, ਕਰੋਨਾ ਵਾਇਰਸ, ਕਾਫੀ ਦੋਸਤ ਪਰੇਸ਼ਾਨ ਹੈ, ਕਾਫੀ ਉਹਦੀ ਥੜਥੜੀ ਮਚੀ ਹੋਈ। ਅੱਲਾ ਪਾਕ ਅਤੇ ਅੱਲਾ ਦਾ ਰਸੂਲ ਆਪਣੇ ਮੁਲਕ ਨੂੰ, ਆਪਣੀ ਕੌਮ ਨੂੰ, ਆਪਣੇ ਮਾਲ ਜਾਨ ਦੀ ਹਿਫਾਜ਼ਤ ਕਰੇ। ਲੇਕਿਨ ਮੇਰਾ ਇਮਾਨ ਇਹ ਹੈ, ਐਜ਼ ਏ ਮੁਸਲਮਾਨ ਹੋਣ ਦੇ ਨਾਤੇ ਤਾਂ ਤੁਹਾਡਾ ਵੀ ਹੋਣਾ ਚਾਹੀਦਾ, ਜੋ ਚੀਜ਼ ਇੱਕ ਅੱਲਾ ਪਾਕ ਦੀ ਬਣਾਈ ਹੋਈ ਨਾ, ਆਪਣਾ ਇਮਾਨ ਹੈ ਕਿ ਮੌਤ ਬਰ ਹੱਕ ਹੈ, ਚਾਹੇ ਉਹ ਕਰੋਨਾ ਨਾਲ ਆ ਜਾਵੇ ਅਤੇ ਚਾਹੇ ਵੈਸੇ ਆ ਜਾਵੇ, ਉਹ ਆਉਣੀ ਆਉਣੀ ਹੈ। ਇੱਕ ਆਪਣਾ ਜ਼ਿੰਦਗੀ ਦਾ ਰੂਟੀਨ, ਕਾਫੀ ਪਰੇਸ਼ਾਨੀ ਹੋਈ ਹੈ ਸੁਣ ਕੇ ਕਿ ਜੁਮੇ ਦੇ ਜਿਹੜਾ ਨਾ ਖੁਤਬੇ, ਜੁਮੇ ਦਾ ਇਕੱਠ ਜਾਂ ਨਮਾਜ਼ ਦਾ ਇਕੱਠ, ਉਹਦੇ 'ਤੇ ਵੀ ਪਾਬੰਦੀ ਲਾ ਰਹੇ ਨੇ। ਮੇਰੇ ਹਿਸਾਬ ਨਾਲ ਅੱਲਾ ਗਵਾਹ ਕਿ ਇਸ ਤਰ੍ਹਾਂ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਤ ਹੈ, ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਬਲਕਿ ਇੱਕ ਖਾਨਾ ਕਾਬਾ ਦੇ ਤਵਾਫ ਦੇ ਬਾਰੇ ਵੀ ਸੁਣਿਆ ਕਿ ਉਹਦੇ 'ਤੇ ਵੀ ਪਾਬੰਦੀ ਹੈ, ਲੇਕਿਨ ਅੱਲਾ ਵਾਰਿਸ ਇਸ ਮੁਸਲਮਾਨ ਹੋਣ ਦੇ ਨਾਤੇ ਸਾਡੀ ਇਹਨਾਂ ਚੀਜ਼ਾਂ ਤੋਂ ਪਾਬੰਦੀ ਨਹੀਂ ਹੋਣੀ ਚਾਹੀਦੀ। ਬਾਕੀ ਠੀਕ ਹੈ, ਉਹਦੇ 'ਤੇ ਇਤਫਾਕ ਹੈ ਸਾਡਾ ਕਿ ਉਹਦੇ 'ਤੇ ਪਾਬੰਦੀ ਕਰ ਵੀ ਲਓ ਤਾਂ ਕੋਈ ਮਸਲਾ, ਲੇਕਿਨ ਨਮਾਜ਼, ਰੋਜ਼ਾ ਜਾਂ ਤਵਾਫ ਇਹਦੇ 'ਤੇ ਪਾਬੰਦੀ ਨਹੀਂ। ਸ਼ਾਇਦ ਕਿ ਇਹਨਾਂ ਜਗ੍ਹਾ 'ਤੇ ਜਾਣ 'ਤੇ ਜਾਣ ਨਾਲ ਸਾਡੀ ਉਹ ਬਿਮਾਰੀ ਖਤਮ ਹੋ ਜਾਏ। ਬਾਕੀ ਅੱਲਾ ਪਾਕ ਸਭ ਨੂੰ ਆਪਣੇ ਹਿਫਜ਼ ਓ ਅਮਾਨ 'ਚ ਰੱਖੇ। ਬਾਈ ਨਵਾਜ਼ ਦੱਸੋ ਬਾਈ, ਅਸਲਾਮ ਅਲੈਕੁਮ, ਕੀ ਹਾਲ ਨੇ ਬਾਈ ਜਾਨ? ਠੀਕ ਹੋ ਬਾਈ ਜਾਨ? ਸਾਡੀ ਜਿਹੜੀ ਵੀਡੀਓ ਹੈ ਉਹ ਬਣੀ ਕਰੇਗੀ ਇਤਵਾਰ ਦੇ ਦਿਨ ਅਤੇ ਬੁੱਧ ਦੇ ਦਿਨ ਇਨਸ਼ਾਅੱਲਾ, ਅਤੇ ਮੱਝਾਂ ਦੀ ਵੀ ਹੋਗੀ ਰੂਟੀਨ ਦੇ ਮੁਤਾਬਿਕ ਵੀਡੀਓ। ਮਾਲ ਤਾਂ ਮੇਰਾ ਵਿਕਦਾ ਰਿਹਾ ਬਾਈ, ਮਨਜ਼ੂਰ ਦੀ ਸ਼ਾਦੀ ਆਈ, ਉਹਦੀ ਵਜ੍ਹਾ ਤੋਂ ਮਸਰੂਫੀਆ ਦੀ ਵਜ੍ਹਾ ਤੋਂ ਉਹ ਨਹੀਂ ਪਹੁੰਚ ਸਕਿਆ। ਇਨਸ਼ਾਅੱਲਾ ਅਸੀਂ ਬੁੱਧ ਦੀ ਅਤੇ ਇਤਵਾਰ ਦੀ ਵੀਡੀਓ ਦਿੱਤੀ ਕਰਾਂਗੇ। ਨੰਬਰ ਆਪਣਾ ਅਨਾਊਂਸ ਕਰੋ। ਅਤੇ ਨੰਬਰ ਹੈ ਮੇਰਾ ਜੀ 0344-7729 ਜੀ। ਦੂਸਰਾ ਨੰਬਰ ਹੈ ਜੀ 0343-7384-513 ਜੀ। ਬਾਕੀ ਰਹਿ ਗਿਆ ਜੀ ਆਪਣੇ ਕਾਨੂੰਨਾਂ ਵਾਇਰਸ ਦੇ ਬਾਰੇ, ਮਤਲਬ ਹਰ ਕੋਈ ਚੱਲਿਆ ਪਿਆ ਵੀ ਕਾਨੂੰਨਾਂ ਵਾਇਰਸ ਹੈ, ਕਾਨੂੰਨਾਂ ਵਾਇਰਸ ਹੈ। ਆਪਾਂ ਜਿਹੜੇ ਸੋਹਣੇ ਨਬੀ ਦੀ ਉਮਤ ਆਈ, ਆਪਾਂ ਨੂੰ ਡਰਨਾ ਨਹੀਂ ਚਾਹੀਦਾ, ਬਿਲਕੁਲ ਨਹੀਂ ਡਰਨਾ ਚਾਹੀਦਾ, ਕਿਉਂਕਿ ਮੌਤ ਤਾਂ ਆਉਣੀ ਆਉਣੀ ਹੈ। ਕਿਹੜੇ ਟਾਈਮ 'ਤੇ ਹੁਣ ਮੈਂ ਵੀਡੀਓ ਬਣਾ ਰਿਹਾ ਪਤਾ ਨਹੀਂ, ਮੈਂ ਵੀਡੀਓ ਬਣਾਉਣੀ ਵੀ ਹੈ ਕਿ ਨਹੀਂ ਬਣਾਉਣੀ। ਠੀਕ ਹੈ ਭਾਈ, ਠੀਕ ਹੈ। ਖੈਰ ਦੋਸਤੋ, ਗਾਵਾਂ ਅੱਜ ਦੋ ਹਨ ਇਹਨਾਂ ਦੇ ਕੋਲ, ਤੁਹਾਨੂੰ ਦਿਖਾਉਂਦੇ ਹਾਂ, ਬਾਕੀ ਮਜ਼ੀਦ ਡਿਟੇਲ ਵੀ ਪੁੱਛਣਾ। ਦਿਖਾਓ ਗਾ ਨੰਬਰ 1 ਤੈਨੂੰ ਨਾਲ ਨਾਲ ਬਾਈ ਨਵਾਜ਼, ਤੁਸੀਂ ਬਣਾਓ ਬਾਈ ਨਵਾਜ਼, ਇਹਨੂੰ ਬਣਾਓ ਨਾਲ ਨਾਲ ਤੁਸੀਂ। ਇਹ ਜੀ ਫ੍ਰੀਜ਼ਨ ਅਤੇ ਆਸਟ੍ਰੇਲੀਆ ਕਰਾਸ ਹੈ ਗਈ ਜੀ, ਥੱਲੇ ਵੱਛੀ ਸੁ ਗਈ ਦੋ ਦਿਨ ਦੇ ਕੋਲ ਜੀ। ਜਿਹੜਾ ਦੁੱਧ ਹੈ ਉਹ ਤਕਰੀਬਨ 16 ਲੀਟਰ ਪੱਕਾ ਹੈ ਜੀ,
ਅੱਛਾ ਦੋਸਤੋ, ਆਸਟ੍ਰੇਲੀਅਨ ਫਰੀਜ਼ੀਅਨ ਕ੍ਰਾਸ ਗਾਂ ਹੈ ਤੇ ਪਹਿਲਾ ਸੂਆ ਸੂਈ ਹੈ। ਸੂਈ ਨੂੰ ਤਕਰੀਬਨ ਕੋਈ 8 ਤੋਂ 10 ਦਿਨ ਹੋ ਗਏ। ਮੂੰਹ 'ਚ ਚੋਗੀ ਹੈ ਜੀ, ਮੂੰਹ 'ਚ ਚੋਗੀ ਹੈ, ਥੱਲੇ ਇਹਦੇ ਵੱਛੀ ਹੈ ਅਤੇ ਦੁੱਧ ਇਹਦੇ ਕੋਲ 15-16 ਕਿਲੋ ਇਸ ਟਾਈਮ ਦੁੱਧ ਹੈ ਜਿਹੜਾ ਹਾਜ਼ਰ ਮੌਕੇ ਦੁੱਧ ਹੈ। ਬਾਕੀ ਨਸੀਬ ਮੁਕੱਦਰ ਜੀ ਗੱਲ ਹੈ, ਤੁਹਾਡੇ ਕੋਲ ਜਾ ਕੇ ਇਨਸ਼ਾਅੱਲਾ ਉਮੀਦ ਹੈ ਕਿ ਬੜਾਏਗੀ ਬਾਕੀ ਤੁਹਾਡਾ ਆਪਣਾ ਮੁਕੱਦਰ ਕਿ ਕਿਤਨਾ ਤੁਸੀਂ ਇਹਦੇ ਕੋਲ ਦੁੱਧ ਹਾਸਲ ਕਰ ਸਕਦੇ ਹੋ। ਜਿਹੜਾ ਅਸੀਂ ਹਾਜ਼ਰ ਮੌਕੇ ਦੁੱਧ ਦੱਸਣਾ ਉਹ ਇਨਸ਼ਾਅੱਲਾ ਅਸੀਂ ਚੁਆਈ ਕਰਵਾਵਾਂਗੇ। ਬਾਕੀ ਬਾਈ ਨਵਾਜ਼ ਦਾ ਨੰਬਰ ਵੀ ਦਿੱਤਾ ਹੋਇਆ, ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਤੁਸੀਂ ਉਹਨਾਂ ਨਾਲ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ, ਸਾਡੇ ਨਾਲ ਕਰ ਸਕਦੇ ਹੋ। ਉਸ ਤੋਂ ਬਾਅਦ ਇਹਦੇ ਮੂੰਹੋਂ ਦਿਖਾਇਆ ਜੇ ਬਾਈ ਜਾਣ ਕੇ ਮੂੰਹ ਹੋ ਕੇ ਮੂੰਹ 'ਚ ਚੌਗੀ ਹੈ ਜੀ, ਮੂੰਹ ਪਕੜਾਉਂਦੀ ਹੈ ਸੀਲ ਸਹੂ। ਇਹ ਦੋਸਤਾਂ ਨੂੰ ਦਿਖਾਇਆ ਜੇ ਮੂੰਹੋਂ, ਦੋਸਤੋ ਚੌਗੀ ਹੈ, ਚੌਕ ਦੇ ਦੰਦ ਚੌਕ ਦੇ ਦੰਦ ਕੰਨੀ ਤੋਂ ਆ ਕੱਢੀ ਖੜੀ ਬਿਲਕੁਲ। ਤੇ ਇਹਦੀ ਅਸੀਲਤ ਥੋੜੀ ਦਿਖਾ ਦਿਆ ਜੇ, ਅਸੀਲਤ ਬਾਈ ਦਿਖਾ ਦਿਓ ਬਾਈ, ਉਸ ਥੱਲੇ ਬਾਜੇ ਬੱਚਾ ਸਾਈਡ ਦੇ ਕਰਕੇ ਤੇ ਇਹਦਾ ਥੋੜਾ ਦਿਖਾਓ ਕਿਉਂਕਿ ਦੋਸਤਾਂ ਦੀ ਫਰਮਾਇਸ਼ ਹੈ। ਇਹ ਆ ਬੱਚਾ ਤਾਂ ਕੋਈ ਨਹੀਂ ਬਾਈ ਜਾਨ, ਬਿਲਕੁਲ ਬੱਚਾ ਸਾਈਡ ਤੇ ਖੜਾ ਹੈ। ਠੀਕ ਹੈ ਗਾਇ ਮਾਸ਼ਾਅੱਲਾ ਦੋਸਤੋ, ਥੱਲੇ ਬੱਚੀ ਖੂਬਸੂਰਤ ਹੈ ਇਹਦੇ ਤੇ ਬੱਚੀ ਵੀ ਖੂਬਸੂਰਤ ਹੈ, ਬਾਕੀ ਥਣ ਵੀ ਬਿਲਕੁਲ ਸੋਹਣਾ ਲੱਗਿਆ ਹੋਇਆ ਸੁ, ਲਿਬਾਸ ਵੀ ਸੋਹਣਾ ਸੀ। ਇਨਸ਼ਾਅੱਲਾ ਦੁੱਧ ਵੀ ਕਰੇਗੀ, ਬਾਕੀ ਨਸੀਬ ਮੁਕੱਦਰ ਦਿਖਾ ਦੇਵੋ ਅੱਛੀ ਤਰ੍ਹਾਂ ਦੋਸਤਾਂ ਨੂੰ। ਗਾਇ ਦੀ ਲੰਬਾਈ ਅੱਛੀ ਹੈ, ਗਾਇ ਦਾ ਕੱਦ ਅੱਛਾ ਹੈ, ਥੱਲੇ ਬੱਚੀ ਕਲਰ ਵੀ ਖੂਬਸੂਰਤ ਹੈ। ਹਾਂ ਬੱਚੀ ਵੀ ਮਾਸ਼ਾਅੱਲਾ ਖੂਬਸੂਰਤ ਹੈ, ਦਿਖਾਓ ਅੱਛੀ ਤਰ੍ਹਾਂ ਬਾਈ ਨਵਾਜ਼। ਇਹਦੀ ਜਿਹੜੀ ਹੈ ਨਾ ਹੁਣ ਆਪਣੀ ਕੀਮਤ ਤੁਸੀਂ ਦੱਸਣੀ ਹੈ ਗੁੰਜਾਇਸ਼ ਕਰਕੇ। ਕੀਮਤ ਜੀ 1,85,000 ਰੁਪਇਆ, 1,85,000 ਰੁਪਇਆ ਇਹ ਗੁੰਜਾਇਸ਼ ਕਰਕੇ ਜਾਂ ਕੋਈ ਦੋਸਤਾਂ ਵਾਸਤੇ ਗੁੰਜਾਇਸ਼ ਕਰਕੇ 1,80,000 ਬਾਈ ਜਾਨ, 1,80,000 ਰੁਪਇਆ ਗੁੰਜਾਇਸ਼ ਕਰਕੇ, 1,80,000 ਰੁਪਇਆ ਬਾਈ ਜਾਨ। ਠੀਕ ਹੈ ਬੱਚੀ ਨੇੜੇ ਕਰ, ਥੋੜਾ ਜਿਹਾ ਬੱਚੀ ਨੇੜੇ ਕਰ, ਮਸਲਾ ਮਸਾਲ ਕੋਈ ਫਾਰ ਛੱਟਾ ਕੋਈ ਪ੍ਰੋਬਲਮ ਨੇੜੇ ਕਰ ਬੱਚੀ ਬਈ, ਥਾਣ ਦਾ ਮਸਲਾ ਹੋਵੇ ਤਾਂ ਮੇਰੀ ਹੋਸੀ ਗਈ ਕਿਸੇ ਦੋਸਤ ਦੀ ਨਾਲ। ਦੋਸਤੋ ਥਾਣਾ ਦੀ ਕਲੀਅਰ ਇਨਸ਼ਾਅੱਲਾ ਹੋਏਗੀ, ਇਹ ਜ਼ਿੰਮੇਵਾਰੀ ਹੈ ਬਈ ਨਵਾਜ਼ ਲੈ ਰਹੇ ਨੇ। ਬਾਕੀ ਫਿਰ ਵੀ ਅਗਰ ਕੋਈ ਤੁਸੀਂ ਕਿਸੇ ਦੋਸਤ ਨੇ ਕੋਈ ਪੁੱਛਣਾ ਦੱਸਣਾ ਹੋਵੇ, ਬਈ ਨਵਾਜ਼ ਦਾ ਨੰਬਰ ਹੈ, ਤੁਸੀਂ ਰਾਬਤਾ ਕਰੋ ਜਾਂ ਕਿ ਮੇਰੇ ਨਾਲ ਰਾਬਤਾ ਕਰਕੇ ਤੁਸੀਂ ਲੈ ਚਲੋ ਇਹਨੂੰ ਬੰਨੋ ਵੀ ਤੇ ਨਾਲ ਦੂਸਰੀ ਦਿਖਾਉਂਦੇ, ਲੈ ਚਲੋ ਇਹਨੂੰ ਦਿਖਾਈ ਵੀ ਜਾਵੋ ਤੇ ਨਾਲ ਨਾਲ ਬੰਨ ਦੇ, ਬੱਚਾ ਪਕੜ ਲਵੋ ਤੁਸੀਂ। ਠੀਕ ਹੈ ਗਾਂ ਨੰਬਰ ਅੱਗੇ ਦੋ ਲੈ ਆਵੋ, ਗਾਂ ਨੰਬਰ ਦੋ ਦੋਸਤੋ ਤੁਸੀਂ ਦੇਖ ਰਹੇ ਹੋ ਬਾਈ ਨਵਾਜ਼, ਨਾਲ ਨਾਲ ਤੁਸੀਂ ਇਹਨੂੰ ਬਣਾਓ। ਇਹਦੇ ਥੱਲੇ ਜੀ ਬੱਚਾ ਗਿਆ ਫਰੀਜ਼ੀਅਨ ਤੇ ਆਸਟ੍ਰੇਲੀਆ ਕ੍ਰਾਸ ਨੇ ਗਈ ਤੇ ਦੁੱਧ ਇਹਦੇ ਕੋਲ 12 ਲੀਟਰ ਨੇ ਜੀ ਪੱਕਾ। ਆਸਟ੍ਰੇਲੀਅਨ ਫਰੀਜ਼ਨ ਕ੍ਰਾਸ ਦੋਸਤੋ ਗਾਂ ਹੈ, ਪਹਿਲਾ ਸੂਆ ਸੂਈ ਹੈ, ਸੂਈ ਨੂੰ ਤਕਰੀਬਨ ਕੋਈ 10-1 ਦਿਨ ਰਾਊਂਡ ਅਬਾਊਟ ਇਹਨੂੰ ਹੋ ਗਿਆ। ਹਾਂਜੀ ਥੱਲੇ ਦੇ ਬੱਚਾ ਹੈ, ਕੱਦ ਮਾਸ਼ਾਅੱਲਾ ਗਾਂ ਦਾ ਸੋਹਣਾ, ਲਿਬਾਸ ਸੋਹਣਾ ਬਣਾਇਆ, ਸੋ ਇਹਦੀ ਲੰਬਾਈ ਵੀ ਸੋਹਣੀ ਹੈ ਤੇ ਬਾਕੀ ਹਰ ਪਾਸੋਂ ਮਾਸ਼ਾਅੱਲਾ ਨਸਲਦਾਰ ਅਤੇ ਦੁੱਧ ਵਾਲੀ ਗਾਂ ਹੈ, ਥਣ ਵੀ ਸੋਹਣਾ ਲੱਗਿਆ, ਸੀਲ ਸਹੁ ਵੀ ਹੈ। ਇਹ ਦੋਸਤੋ ਤੁਸੀਂ ਦੇਖ ਰਹੇ ਹੋ, ਜਿਸ ਤਰ੍ਹਾਂ ਮਰਜ਼ੀ ਇਹਨੂੰ ਪਕੜੀ ਰੱਖੋ, ਬਾਕੀ ਮਾਸ਼ਾਅੱਲਾ ਮਿਹਨਤ ਕਰੋਗੇ ਤਾਂ ਇਨਸ਼ਾਅੱਲਾ ਨਸਲਦਾਰ ਗਾਂ ਬਣੇਗੀ, ਦੁੱਧ ਦੇਣ ਵਾਲੀ ਗਾਂ ਹੈ ਜੀ। ਇਹਦੇ ਥੱਲੇ ਦੁੱਧ ਕਿੰਨਾ ਨਵਾਸ ਬਈ? ਦੁੱਧ ਦੇਣ ਦੇ ਥੱਲੇ ਜੀ 12 ਲੀਟਰ ਹੈ ਗਿਆ ਇਸ ਟਾਈਮ, ਜਿਹੜਾ ਹਾਜ਼ਰ ਮੌਕੇ ਦੁੱਧ 12 ਲੀਟਰ ਹੈ। ਬਾਕੀ ਥੋੜ੍ਹੀ ਜਿਹੀ ਖੁਰਾਕ ਦੀ ਕਮਜ਼ੋਰੀ ਹੈ, ਖੁਰਾਕ ਪਾਓਗੇ ਤਾਂ ਇਨਸ਼ਾਅੱਲਾ ਨਾ ਦੋਸਤੋ ਇਸ ਤੋਂ ਵੀ ਦੁੱਧ ਜ਼ਿਆਦਾ ਕਰੇਗੀ। ਨਾਲ ਬੱਚਾ ਵੀ ਦਿਖਾ ਦੇਵੋ, ਬੱਚਾ ਥੱਲੇ ਦੋਸਤੋ, ਮਾਸ਼ਾਅੱਲਾ ਬੱਚਾ ਵੀ ਖੂਬਸੂਰਤ ਹੈ, ਬੱਚਾ ਮਾਲਾ ਵੀ ਪਾਈ ਇਹਦੀ। ਆਪਣਾ ਬਾਈ ਨਵਾਜ਼ ਜਿਹੜੀ ਮੁਹੱਬਤ ਵਾਲੀ ਕੀਮਤ 1,55,000 ਰੁਪਇਆ ਜੀ, 1,55,000 ਰੁਪਇਆ ਗੁੰਜਾਇਸ਼ ਕਰਕੇ ਤੇ ਕਿੰਨੇ ਦੀ ਦੇਣੀ ਜੀ ਜਨਾਬ ਹੋਰਾਂ ਨੂੰ? ਇਹ ਜੀ
ਪੱਕੀ ਡੇਢ ਦੀ ਦੇ ਦੇਵਾਂਗੇ ਜੀ, 1,50,000 ਰੁਪਏ, 1,50,000 ਰੁਪਏ ਦੀ ਇਹ ਆ। ਇਹਦਾ ਮੂੰਹ ਦਿਖਾਇਆ ਜੀ, ਇੱਧਰ ਮੂੰਹ ਚੁਗੁੰਦੀ ਹੈ ਜੀ, ਖੂਬਸੂਰਤ ਹੈ, ਬਹੁਤ ਅੱਛਾ ਥਾਨ ਲੱਗਿਆ ਹੋਇਆ, ਪਿਆਰਾ ਥਾਨ ਹੈ ਬਾਈ ਜੀ, ਨਾਪ ਲਓ ਵੀ ਸ਼ੱਕ ਦੀ ਕੋਈ ਐਸਾ ਮਸਲਾ ਨਹੀਂ ਗਿਆ, ਨਾਪ ਲਓ ਕੋਈ ਐਸਾ ਬੱਚਾ ਨਾਲ ਹੀ ਨਾ ਅਸੀਲ ਬਹੁਤ ਹੈਗੀ, ਨਾਲ ਬੰਨੋ ਠੀਕ ਹੈ। ਦੋਨੇ ਗਾਵਾਂ ਦੋਸਤੋ ਤੁਹਾਨੂੰ ਦਿਖਾਈਆਂ, ਗਾਵਾਂ ਦੀ ਡਿਟੇਲ ਵੀ ਦਿੱਤੀ ਹੈ, ਇਨਸ਼ਾਅੱਲਾ ਨੈਕਸਟ ਟਾਈਮ ਕੋਸ਼ਿਸ਼ ਕਰਾਂਗੇ ਕਿ ਅੱਲਾਹ ਪਾਕ ਵੈਸੇ ਖੈਰ ਸਲਾਮਤ ਰੱਖੇ, ਗੈਰ ਹਾਜ਼ਰੀ ਨਹੀਂ ਹੁੰਦੀ। ਬਾਕੀ ਸਾਡੇ ਉਸਤਾਦ ਮੁਹਤਰਮ ਹਾਜੀ ਮੁਹੰਮਦ ਅਰਫਾਜ਼ ਸਾਹਿਬ ਦਾ ਇੱਕ ਸਾਡੇ ਵਾਸਤੇ ਆਰਡਰ ਸੀ ਕਿ ਲਾਸਟ 'ਤੇ ਤੁਸੀਂ ਆਪਣਾ ਲਾਜ਼ਮਨ ਪਾਕਿਸਤਾਨ ਜ਼ਿੰਦਾਬਾਦ ਦਾ ਅਤੇ ਪਾਕ ਆਰਮੀ ਪਾਈਂਦਾਬਾਦ ਦਾ ਨਾਰਾ ਲਗਾਉਣਾ ਹੈ।